ਨਮਸਕਾਰ ਖਬਰਾਂ ਦੀਸ ਬੁਲੇਟਿਨ ਚ ਤੁਹਾਡਾ ਸਵਾਗਤ ਮੈਂ ਹਾਂ ਪ੍ਰਮੇਂਦਰ ਕੌਰ ਪਹਿਲਾ ਪੇਸ਼ ਨੇ ਚੋਣੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨੂੰ ਕਰਨਗੇ ਸੰਬੋਧਨ ਬਿਹਾਰ ਵਿਧਾਨ ਸਭਾ ਲਈ ਵੋਟਾਂ 28 ਅਕਤੂਬਰ 3 ਨਵੰਬਰ ਤੇ 7 ਨਵੰਬਰ ਨੂੰ ਤਿੰਨ ਗੇੜਾਂ ਤੈ ਤੋਆਈਆਂ ਜਾਣਗੀਆਂ ਚੋਣਾਂ ਦੇ ਨਤੀਜੇ 10 ਨਵੰਬਰ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਪੰਜਾਬ 'ਚ ਸੜਕੀ ਅਤੇ ਰੇਲ ਆਵਾਜਾਈ ਪ੍ਰਭਾਵਿਤ ਭਾਜਪਾ ਦੇ ਸੂਬਾ ਪ੍ਰਧਾਨ ਅਸ਼wini ਸ਼ਰਮਾ ਨੇ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ ਤੇ ਝੂਠੇ ਪ੍ਰਚਾਰ ਰਾਹੀਂ ਕਿਸਾਨਾਂ ਨੂੰ ਭੜਕਾਉਂਦਾ ਇਲਜ਼ਾਮ ਲਗਾਇਆ ਕੇਂਦਰ ਸਰਕਾਰ ਨੇ ਮੈਡੀਕਲ ਖੇਤਰ ਵਿੱਚ ਇਤਿਹਾਸਕ ਸੁਧਾਰ ਕਰਦਿਆਂ ਕੌਮੀ ਮੈਡੀਕਲ ਕਮਿਸ਼ਨ ਦਾ ਕੀਤਾ ਗਠਨ ਕੇਂਦਰ ਸਰਕਾਰ ਨੇ ਕਿਹਾ ਕਿ ਖਰੀਫ ਫਸਲਾਂ ਦੀ ਬਿਜਾਈ ਤੇ ਕੋਵਿਡ-19 ਦਾ ਕੋਈ ਅਸਰ ਨਹੀਂ ਹੋਇਆ ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤ੍ਰਾਲੀ ਨੇ ਕਿਹਾ ਕਿ ਹਾਈ ਸਪੀਡ ਕੰਪਿਊਟਰ ਰੇਲ ਗੱਡੀਆਂ ਸਰਕਾਰ ਦੀ ਮੇਕ ਇਨ ਇੰਡੀਆ ਨੀਤੀ ਤਹਿਤ ਦੇਸ਼ ਵਿੱਚ ਹੀ ਤਿਆਰ ਕੀਤੀਆਂ ਜਾ ਰਹੀਆਂ ਨੇ ਪੰਜਾਬ ਚ 83388 ਮਰੀਜ਼ ਕਰੋਨਾ ਤੋਂ ਹੋਏ ਸੇਤਿਆਬ ਕੋਵਿਡ ਪੁਸ਼ਟੀਬਲੇ ਕੇਸਾਂ ਦੀ ਕੁੱਲ ਗਿਣਤੀ 1 ਲੱਖ 7000 ਤੋਂ ਪਾਰ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਰੇਡੀਓ ਤੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਾਸੀ ਨੂੰ ਸੰਬੋਧਨ ਕਰਨਗੇ ਇਸ ਮਹੀਨਾਵਾਰ ਪ੍ਰੋਗਰਾਮ ਦੀ ਇਹ 69ਵੀਂ ਕੜੀ ਹੋਵੇਗੀ ਮਨ ਕੀ ਬਾਤ ਪ੍ਰੋਗਰਾਮ ਆਕਾਸ਼ ਵਾਣੀ ਦੇ ਨਾਲ-ਨਾਲ ਤੂਰਕਦਰਸ਼ਨ ਦੇ ਸਾਰੇ ਚੈਨਲਾਂ ਤੇ ਵੀ ਸਵੇਰੇ 11 ਵਜੇ ਪ੍ਰਸਾਰਿਤ ਕੀਤਾ ਜਾਵੇਗਾ ਇਸ ਪ੍ਰੋਗਰਾਮ ਰਾਹੀਂ ਪ੍ਰਧਾਨ ਮੰਤਰੀ ਜਿੱਥੇ ਆਪਣੀ ਸਰਕਾਰ ਦੇ ਪ੍ਰੋਗਰਾਮਾਂ ਲੋਕਾਂ ਵੱਲੋਂ ਕੀਤੇ ਗਏ ਚੰਗੇ ਕੰਮਾਂ ਤੇ ਦੇਸ਼ ਨੂੰ ਦਰਪੇਸ਼ ਚੁਣੌਤੀਆਂ ਦਾ ਜ਼ਿਕਰ ਕਰਦੇ ਨੇ ਉੱਥੇ ਲੋਕਾਂ ਦੇ ਸੁਝਾਵਾਂ ਨੂੰ ਵੀ ਇਸ ਪ੍ਰੋਗਰਾਮ 'ਚ ਸ਼ਾਮਿਲ ਕੀਤਾ ਜਾਂਦਾ ਹੈ ਕਈ ਲੋਕਾਂ ਨਾਲ ਉਹ ਸਿੱਧੀ ਗੱਲਬਾਤ ਵੀ ਕਰਦੇ ਨੇ ਜਿਸ ਦੇ ਚਲਦਿਆਂ ਮਨ ਕੀ ਬਾਤ ਪ੍ਰੋਗਰਾਮ ਬਦੇਰੇ ਹਰਮਨ ਪਿਆਰਾ ਹੋਇਆ ਹੈ ਮਨ ਕੀ ਬਾਤ ਪ੍ਰੋਗਰਾਮ ਦਾ ਪੰਜਾਬੀ ਰੂਪਾਂਤਰ ਡੀਡੀ ਪੰਜਾਬੀ ਤੇ ਪ੍ਰੋਗਰਾਮ ਦੇ ਸਿੱਧੇ ਪ੍ਰਸਾਰਣ ਤੋਂ ਤੁਰੰਤ ਬਾਅਦ ਅਤੇ ਇਸ ਦਾ ਮੁੜ ਪ੍ਰਸਾਰਣ ਉਸੇ ਦਿਨ ਰਾਤ 8 ਵਜੇ ਦੇਖਿਆ ਜਾ ਸਕੇਗਾ ਚੋਣ ਕਮਿਸ਼ਨ ਨੇ 243 ਮੈਂਬਰੀ ਬਿਹਾਰ ਵਿਧਾਨ ਸਭਾ ਚੋਣਾਂ ਦੀਆਂ ਤਰੀਖਾਂ ਦਾ ਐਲਾਨ ਕਰ ਦਿੱਤਾ ਹੈ ਇਹ ਚੋਣਾਂ 28 ਅਕਤੂਬਰ ਤੋਂ ਤਿੰਨ ਗੇੜਾਂ ਚੁਣਗੀਆਂ ਤੇ ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਹੋਵੇਗੀ ਨਵੀਂ ਦਿੱਲੀ 'ਚ ਇਹ ਐਲਾਨ ਕਰਦੇ ਆ ਮੁਖ ਚੋਣ ਕਮਿਸ਼ਨਰ ਸੁਨੀਲ ਅਰੂੜਾ ਨੇ ਕਿਹਾ ਕਿ ਤਿੰਨ ਗੇੜਾਂ ਵਿੱਚ ਹੋਣ ਵਾਲੀਆਂ ਚੋਣਾਂ 28 ਅਕਤੂਬਰ 3 ਨਵੰਬਰ ਅਤੇ 7 ਨਵੰਬਰ ਨੂੰ ਹੋਣਗੀਆਂ ਉਨਾ ਕਹੇ ਕਿ ਵਿਸ਼ਵ ਪਧਰੀ ਕੋਵਿਡ-19 ਮਹਾਮਾਰੀ ਦੌਰਾਨ ਇਹ ਚੋਣਾਂ ਦੇਸ਼ ਦੀਆਂ ਸਭ ਤੋਂ ਵੱਡੀਆਂ ਚੋਣਾਂ ਹੋਣਗੀਆਂ। ਉਹਨਾਂ ਕਹੇ ਕਿ ਦਿੱਲੀ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਤੋਂ ਬਾਅਦ ਅਤੇ ਕੋਵਿਡ-19 ਮਹਾਮਾਰੀ ਕਾਰਨ ਵਿਸ਼ਵ 'ਚ ਮਹੱਤਵਪੂਰਨ ਤਬਦੀਲੀ ਆਈ ਹੈ ਤੇ ਜ਼ਿੰਦਗੀ ਦੇ ਹਰ ਪਹਿਲੂ 'ਚ ਇੱਕ ਨਵੀਂ ਸਥਿਤੀ ਪੈਦਾ ਹੋਈ ਹੈ। ਉਹਨਾਂ ਕਹੇ ਕਿ ਵੋਟਾਂ ਪਾਉਣ ਦਾ ਸਮਾਂ ਵੀ 1 ਘੰਟੇ ਤੱਕ ਵਧਾ ਦਿੱਤਾ ਗਿਆ ਤੇ ਖੱਬੇ ਪੱਕੀ ਅਤਵਾਦ ਨਾਲ ਪ੍ਰਭਾਵਿਤ ਇਲਾਕਿਆਂ ਨੂੰ ਛੱਡ ਕੇ ਵੋਟਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਪਵਾਈਆਂ ਜਾਣਗੀਆਂ। One of our leading consultants in this, based out of Bangalore, at their respective polling stations, as I said earlier, under the supervision of health authorities, strictly following the laid down measures. ਉਨਾ ਕੇ ਕਿ ਕੋਵਿਡ-19 ਦੇ ਕੁਆਰੰਟੀਨ 'ਚ ਰਹਿ ਰਹੇ ਮਰੀਜ਼ ਵੋਟਾਂ ਪਾਉਣ ਵਲਲੇ ਆਖਰੀ ਦਿਨ ਦੇ ਆਖਰੀ ਘੰਟੇ 'ਚ ਵੋਟਾਂ ਪਾ ਸਕਦੇ ਨੇ ਅਤੇ ਕੋਵਿਡ ਮਰੀਜ਼ਾਂ ਲਈ ਵਿਸ਼ੇਸ਼ ਨਿਯਮ ਤਿਆਰ ਕੀਤੇ ਗਏ ਨੇ ਅਰੋੜਾ ਨੇ ਕਿਹਾ ਕਿ ਬਿਹਾਰ ਦੀਆਂ ਚੋਣਾਂ ਲਈ 7 ਲੱਖ ਹੈਂਡ ਸੈਨੀਟਾਈਜ਼ਰਾਂ 46 ਲੱਖ ਮਾਸਕਾਂ 6 ਲੱਖ ਪੀਪੀਈ ਕਿੱਟਾਂ 6.7 ਲੱਖ ਮੂਟਕਨਵਲੀਆਂ ਸ਼ੀਲਡਾਂ ਤੇ 23 ਲੱਖ ਦਸਤਾਨੀਆਂ ਦੇ ਜੋੜਿਆਂ ਦਾ ਪ੍ਰਬੰਧ ਕੀਤਾ ਗਿਆ ਇਸ ਤੋਂ ਇਲਾਵਾ ਜਿੱਥੇ ਜ਼ਰੂਰਤ ਹੋਵੇਗੀ ਤਾਂ ਬੇਨਤੀ ਕੀਤੇ ਜਾਣ ਤੇ ਡਾਕ ਰਾਹੀਂ ਵੋਟਾਂ ਪਾਉਣ ਦੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਜ਼ਰੂਰੀ ਹੋਵੇਗੀ Balance the democratic rights of the citizen, of the electorate, to choose their representatives while also making a very sincere effort and systematic effort to protect the health and safety of the people. Special protocol has been devised for electors who are COVID positive, suspect, quarantined, so that such citizens are able to exercise their franchise without in any way. जोपर डैजिंग द हेल्थ ऑफ अदर वोटर्स अरोड़ा ਨੇ ਕਿਹਾ ਕਿ ਚੋਣਾਂ ਦੌਰਾਨ ਫਿਰਕੂਤਨਾ ਪੈਦਾ ਕਰਨ ਵਰਗੇ ਸ਼ਰਾਰਤੀ ਮੰਤਮਨਲੀ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ ਜਦਕਿ ਨਫ਼ਰਤ ਫੈਲਾਉਣ ਵਾਲੇ ਪਾਜਨ ਦੇਣ ਵਾਲੇ ਲੋਕਾਂ ਨਾਲ ਵੀ ਸਖਤੀ ਨਾਲ ਜਿਠਿਆ ਜਾਪੇਗਾ ਉਨ੍ਹਾਂ ਕਿਹਾ ਕਿ ਪਹਿਲੇ ਗੇੜਦੀਆਂ 28 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ 71 ਵਿਧਾਨ ਸਭਾ ਹਲਕਿਆਂ ਦੂਜੇ ਗੇੜਦੀਆਂ 3 ਨਵੰਬਰ ਨੂੰ 94 ਅਤੇ 30 ਕਿਰਦੀਆਂ 7 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ ਚ 78 ਸੀਟਾਂ ਲਈ ਵੋਟਾਂ ਪੁਆਈਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਵੋਟਾਂ ਦੀ ਗਿਣਤੀ 10 ਨਵੰਬਰ ਨੂੰ ਹੋਵੇਗੀ as such it is necessary that personal organizing organizations using misusing social media or similar digital platforms are dealt with sternly and kept at bay the commission would like to make it emphatically clear that anyone who makes mischievous use of social media for example trying to foment communal tensions etc for electoral purpose shall have to face the consequences under the law of the land ਉਨ੍ਹਾਂ ਦੱਸਿਆ ਕਿ ਦੇਸ਼ ਦੀ ਇੱਕ ਲੋਕ ਸਭਾ ਤੇ 64 ਵਿਧਾਨ ਸਭਾ ਸੀਟਾਂ ਦੀਆਂ ਜ਼ਿਮਨੀ ਚੋਣਾਂ ਦਾ ਫੈਸਲਾ 29 ਸਤੰਬਰ ਨੂੰ ਇਹਨਾਂ ਸੂਬਿਆਂ ਦੀ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਕੀਤਾ ਜਾਪੇਗਾ। ਇਹਨਾਂ ਜ਼ਿਮਨੀ ਚੋਣਾਂ ਲਈ ਕੁਝ ਸੂਬਿਆਂ ਵੱਲੋਂ ਚੋਣ ਸਮੇਂ ਨੂੰ ਲੈ ਕੇ ਕੁਝ ਮੁੱਦੇ ਉਠਾਏ ਗਏ ਨੇ। 31 ਵਕਫ ਵ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਚ ਬੰਦੇ ਸੱਦੇ ਦਾ ਅਸਰ ਵੇਖਣ ਨੂੰ ਮਿਲਿਆ ਕਿ ਜਨ ਜਥੇਬੰਦੀਆਂ ਨੇ ਕੇਂਦਰ ਸਰਕਾਰ ਵੱਲੋਂ ਹਾਲੀਜੀ ਪਾਸ ਕੀਤੇ ਗਏ ਖੇਤੀ ਬਿੱਲਾਂ ਤੇ ਵਿਰੋਧ ਵਿੱਚ ਇਸ ਬੰਦ ਦਾ ਸੱਦਾ ਦਿੱਤਾ ਸੀ ਕਿ ਕਿਸਾਨਾਂ ਨੇ ਰੇਲ ਤੇ ਸੜਕੀ ਆਵਾਜਾਈ ਚ ਅੜਿੱਕੇ ਲਾਇ ਜਿਸ ਨਾਲ ਆਮ ਜਨ ਜੀਵਨ ਪ੍ਰਭਾਵਿਤ ਹੋਇਆ ਜਿੱਥੇ ਕਿਸਾਨ ਜਥੇਬੰਦੀਆਂ ਨੇ ਇਸ ਨੂੰ ਆਪਣੇ ਹੱਕ ਦੀ ਲੜਾਈ ਦੱਸਿਆ ਉਥੇ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਤੇ ਖੇਤੀ ਬਿੱਲਾਂ ਦੇ ਮੁੱਦੇ ਤੇ ਸਿਆਸਤ ਕਰਨ ਦਾ ਦੋਸ਼ ਲਗਾਇਆ ਜੇ ਪੰਜਾਬ ਬੰਦੇ ਸੱਦੇ ਦੇ ਮੱਦੇ ਨਜ਼ਰ ਫਿਰੋਜ਼ਪੁਰ ਰੇਲਵੇ ਡਿਵੀਜ਼ਨ ਵੱਲੋਂ ਵਿਸ਼ੇਸ਼ ਰੇਲ ਗੱਡੀਆਂ ਮੁਲਤਵੀ ਕਰ ਦਿੱਤੀਆਂ ਗਈਆਂ ਸਨ ਰੇਲ ਵਿਭਾਗ ਨੇ 14 ਜੋੜੀ ਵਿਸ਼ੇਸ਼ ਰੇਲ ਗੱਡੀਆਂ 26 ਸਤੰਬਰ ਤੱਕ ਮੁਲਤਵੀ ਕਰਨ ਦਾ ਐਲਾਨ ਕੀਤਾ ਅਧਿਕਾਰੀਆਂ ਅਨੁਸਾਰ ਇਹ ਫੈਸਲਾ ਰੇਲ ਮੁਸਾਫਰਾਂ ਦੀ ਸੁਰੱਖਿਆ ਤੇ ਰੇਲਵੇ ਜਾਇਦਾਦ ਦਾ ਨੂੰ ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਦੇ ਮੱਦੇ ਨਜ਼ਰ ਲਿਆ ਗਿਆ ਭਾਰਤੀ ਜਨਤਾ ਪਾਰਟੀ ਨੇ ਪੰਜਾਬ ਸਰਕਾਰ ਦੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਤੇ ਕਿਸਾਨਾਂ ਨੂੰ ਖੇਤੀ ਬਿੱਲਾਂ ਦੇ ਨਾਂ ਤੇ ਗੁੰਮਰਾਹ ਕਰਨ ਦਾ ਇਲਜ਼ਾਮ ਲਗਾਇਆ ਹੈ। ਪ੍ਰਸਾਰ ਪਾਰਟੀ ਨੂੰ ਦਿੱਤੀ ਇੱਕ ਇੰਟਰਵਿਊ 'ਚ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗੇ ਖੇਤੀ ਬਿੱਲ ਕਿਸਾਨਾਂ ਵਾਸਤੇ ਕ੍ਰਾਂਤੀਕਾਰੀ ਸਾਬਤ ਹੋਣਗੇ ਤੇ ਜੇ ਕਿਸੇ ਨੂੰ ਇਸ ਮੁੱਦੇ ਤੇ ਕੋਈ ਸ਼ਿਕਾਇਤ ਹੈ ਤਾਂ ਉਸ ਨਾਲ ਲੋਕਤੰਤਰੀ ਢੰਗ ਨਾਲ ਨਜਿੱਠਿਆ ਜਾਣਾ ਚਾਹੀਦਾ ਹੈ। ਉਹਦੇ ਅੰਦਰ ਭਰਮ ਪੈਦਾ ਕਰ ਰਹੀ ਹੈ। ਇਹਨਾਂ ਨੇ ਭਰਮ ਪੈਦਾ ਕੀਤਾ ਜੀ ਐਮਐਸਪੀ ਖਤਮ ਹੋ ਜਣੀ ਹੈ ਜੀ ਮੰਡੀਆਂ ਖਤਮ ਹੋ ਜਣੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਅੱਗੇ ਆ ਕੇ ਕਿਹਾ ਕਿ ਐਮਐਸਪੀ ਸੀਐਮਐਸਪੀ ਹੈ ਐਮਐਸਪੀ ਰਹੇਗੀ ਮੰਡੀਆਂ ਵੀ ਰਹਿਣਗੀਆਂ ਸਰਕਾਰੀ ਥ੍ਰੀਡ ਵੀ ਉਸੇ ਪ੍ਰਕਾਰ ਹੋਏਗੀ ਲੇਕਿਨ ਕੀਆ ਦੇਸ਼ ਦੇ ਕਿਸਾਨ ਨੂੰ ਆਜ਼ਾਦੀ ਨਹੀਂ ਮਿਲਣੀ ਚਾਹੀਦੀ ਇਹ ਕਾਨੂੰਨ ਕਿਸਾਨ ਨੂੰ ਆਜ਼ਾਦੀ ਦਿੰਦਾ ਹੈ ਇਹ ਕਾਨੂੰਨ ਜਿਹੜੇ ਨੇ ਇਹ ਕਿਸਾਨ ਦੀ ਜ਼ਮੀਨ ਨੂੰ ਸੁਰੱਖਿਆ ਦੇਣ ਵਾਲੇ ਕਾਨੂੰਨ ਨੇ ਇਹ ਚਾਹੀ ਗਈ ਹੈ ਵਿਕਲਪਿਕ ਵਿਵਸਥਾ ਖੜੀ ਕੀਤੀ ਹੈ ਜੇ ਅਗਰ ਕਿਸਾਨ ਨੂੰ ਲੱਗਦਾ ਕਿ ਉਹ ਮੰਡੀ ਦੇ ਅੰਦਰ ਐਮ ਐਸ ਪੀ ਦੇ ਉਤੇ ਆਪਣਾ ਅਨਾਜ ਵੇਚੇ ਉੱਥੇ ਜਾ ਕੇ ਵੇਚ ਸਕਦਾ ਲੇਕਿਨ ਅਗਰ ਉਹਨੂੰ ਐਮ ਐਸ ਪੀ ਤੋਂ ਜ਼ਿਆਦਾ ਰੇਟ ਮਿਲਦਾ ਹੈ ਕਿਉਂ ਬਾਹਰ ਵਿਵਸਥਾ ਦੇ ਅੰਦਰ ਜਾ ਕੇ ਆਪਣਾ ਵੇਚ ਸਕਦਾ ਇਹ ਆਜ਼ਾਦੀ ਦੇਣ ਵਾਲਾ ਕਾਨੂੰਨ ਹੈ ਉਹਨਾਂ ਦੀ ਜ਼ਮੀਨ ਨੂੰ ਸੁਰੱਖਿਟ ਕਰਨ ਵਾਲਾ ਕਾਨੂੰਨ ਹੈ ਉਹਨਾਂ ਦੇ ਜੀਵਨ ਪੱਤਰ ਨੂੰ ਉੱਚਾ ਕਰਨ ਵਾਲਾ ਕਾਨੂੰਨ ਹੈ ਮੈਂ ਕਿਸਾਨ ਵੀਰ ਪਹਿਰਾਨ ਨੂੰ ਵੀ ਇਹ ਗੱਲ ਕਹਾਂਗਾ ਕਿ ਇਹ ਰਾਜਨੀਤਿਕ ਵਿਪਖਸ਼ੀ ਦਲਾਂ ਦੇ ਦੇ ਭ੍ਰਮ ਚ ਨਾ ਫਸਲ ਔਰ ਦੇਸ਼ ਦੇ ਪ੍ਰਧਾਨ ਮੰਤਰੀ ਤੇ ਵਿਸ਼ਵਾਸ ਕਰਨ ਕਿ ਇਹ ਤੁਹਾਡੇ ਹਿੱਤ ਲਈ ਲਿਆਂਦਾ ਗਿਆ ਕਾਨੂੰਨ ਹੈ ਲੇਕਿਨ ਫਿਰ ਵੀ ਅਗਰ ਕੋਈ ਸ਼ੰਕਾ ਕਿ ਅਸੀਂ ਆਓ ਚਲੀਏ ਦਿੱਲੀ ਮੈਂ ਤੁਹਾਨੂੰ ਕ੍ਰਿਸ਼ੀ ਮੰਤਰੀ ਜੀ ਨਾਲ ਬਿਠਾ ਦਿੰਦਾ ਪਾਰਟੀ ਜੀ ਦੇ ਅਧਿਕਸ਼ ਨਾਲ ਬਿਠਾ ਦਿੰਦਾ ਲੋਕਤੰਤਰ ਦੇ ਅੰਦਰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਲੇਕਿਨ ਲੋਕਤੰਤਰ ਦੇ ਅੰਦਰ ਆਪਣੀ ਗੱਲ ਕਹਿੰਦੇ ਹੋਏ ਪੰਜਾਬ ਦਾ ਅਮਨ ਪੰਜਾਬ ਦੀ ਸ਼ਾਂਤੀ ਪੰਜਾਬ ਦੇ ਭਾਈਚਾਰੇ ਨੂੰ ਸਭ ਬੰਦਿਆਂ ਨੂੰ ਆਪਣੇ ਧਿਆਨ ਚ ਰੱਖਣਾ ਚਾਹੀਦਾ ਹੈ ਇਹ ਹੀ ਮੇਰੀ ਬੇਨਤੀ ਹੈ ਸਭ ਨੂੰ ਇਸ ਦੌਰਾਨ ਭਾਜਪਾ ਦੇ ਪੰਜਾਬ ਪ੍ਰਧਾਨ ਅਚ ਮਨੀ ਸ਼ਰਮਾ ਨੇ ਪਠਾਨਕੋਟ ਚ ਇੱਕ ਸਮਾਗਮ ਦੌਰਾਨ ਪੰਡਿਤ ਦੀਨ ਦਿਆਲ ਉਪਦੇਹਾਈ ਦੀ ਤਸਵੀਰ ਤੇ ਫੁੱਲ ਮਾਲਾਵਾਂ ਚੜਾ ਕੇ ਸ਼ਰਧਾਂਜਲੀयां ਦਿੱਤੀਆਂ ਪੰਡਿਤ ਦੀਨ ਦਿਆਲ ਉਪਦੇਹਾਈ ਦੀ 104ਵੀਂ ਜਨਮ ਬਰੇਗੰਡ ਮੌਕੇ ਜਲੰਧਰ ਵਿੱਚ ਵੀ ਭਾਜਪਾ ਦੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਨੇ ਪੰਡਿਤ ਦੀਨ ਦਿਆਲ ਉਪਦੇਹਾਈ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਕੇਂਦਰ ਸਰਕਾਰ ਨੇ ਮੈਡੀਕਲ ਸਿੱਖਿਆ ਦੇ ਖੇਤਰ ਵਿੱਚ ਇੱਕ ਇਤਿਹਾਸਕ ਸੁਧਾਰ ਕਰਦਿਆਂ ਕੌਮੀ ਮੈਡੀਕਲ ਕਮਿਸ਼ਨ ਦਾ ਗਠਨ ਕੀਤਾ ਹੈ ਇਸ ਦੇ ਨਾਲ ਹੀ ਕਈ ਦਹਾਕੇ ਪੁਰਾਣੀ ਮੈਡੀਕਲ ਕੌਂਸਲ ਆਫ ਇੰਡੀਆ ਸਮਾਪਤ ਹੋ ਗਈ ਹੈ ਰਾਸ਼ਟਰੀ ਮੈਡੀਕਲ ਕਮਿਸ਼ਨ ਦੇ ਨਾਲ ਚਾਰ ਆਟੋਨਮਸ ਬੋਰਡ ਵੀ ਗਠਨ ਕੀਤੇ ਗਏ ਨੇ ਕਮਿਸ਼ਨ ਦੇ ਗਠਨ ਦੇ ਨਾਲ ਹੀ 26 ਸਤੰਬਰ 2018 ਤੋਂ ਮੈਡੀਕਲ ਕੌਂਸਲ ਆਫ ਇੰਡੀਆ ਦੀ ਥਾਂ ਤੇ ਕੰਮ ਕਰ ਰਿਹਾ ਬੋਰਡ ਆਫ ਗਵਰਨਰਸ ਵੀ ਪੰਘੂਕੇ ਆਲ ਇੰਡੀਆ ਮੈਡੀਕਲ ਸਾਇੰਸਿਸ ਯਾਨੀ ਨਵੀਂ ਦਿੱਲੀ ਦੇ AIMS ਦੇ ENT ਵਿਭਾਗ ਦੇ ਸਾਬਕਾ ਮੁਖੀ ਡਾਕਟਰ ਸੁਰੀਸ਼ ਚੰਦਰ ਸ਼ਰਮਾ ਨੂੰ ਇਸ ਕਮਿਸ਼ਨ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਇਹ ਸੌਦੇ ਤੇ ਮਿਆਦ 3 ਸਾਲ ਦੀ ਹੋਵੇਗੀ। ਇਸ ਕਮਿਸ਼ਨ 'ਚ ਚੇਅਰਮੈਨ ਤੋਂ ਇਲਾਵਾ 10 ਸਥਾਈ ਮੈਂਬਰ ਤੇ 32 ਪਾਰਟ-ਟਾਈਮ ਮੈਂਬਰ ਸ਼ਾਮਲ ਕੀਤੇ ਗਏ ਨੇ। ਇਸ ਸੰਬੰਧ 'ਚ 24 ਸਤੰਬਰ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਇਹ ਜ਼ਿਕਰਯੋਗ ਹੈ ਕਿ ਰਾਸ਼ਟਰੀ ਮੈਡੀਕਲ ਕਮਿਸ਼ਨ ਐਕਟ 2019 ਸੰਸਦ ਨੇ ਅਗਸਤ 2019 'ਚ ਪਾਸ ਕੀਤਾ ਸੀ। ਕੇਂਦਰ ਸਰਕਾਰ ਨੇ ਆਖਿਆ ਕਿ ਖਰੀਫ ਫਸਲਾਂ ਤੈਤ ਬਿਜਾਈ ਖੇਤਰ ਤੇ ਕੋਵਿਡ-19 ਦਾ ਕੋਈ ਪ੍ਰਭਾਵ ਨਹੀਂ ਪਿਆ ਖੇਤੀ ਮੰਤਰਾਲੇ ਨੇ ਇੱਕ ਬਿਆਨ ਛਾਕੇ ਕਿ ਖਰੀਫ ਸੀਜ਼ਨ ਦੌਰਾਨ 1116 ਲੱਖ ਹੈਕਟੇਰ ਖੇਤਰ ਵਿੱਚ ਫਸਲਾਂ ਦੀ ਬਿਜਾਈ ਕੀਤੀ ਗਈ ਸੀ ਜਦਕਿ ਇਸ ਦੇ ਮੁਕਾਬਲੇ ਪਿਛਲੇ ਸਾਲ 1068 ਲੱਖ ਹੈਕਟੇਰ ਖੇਤਰ ਵਿੱਚ ਬਿਜਾਈ ਕੀਤੀ ਗਈ ਸੀ ਸਰਕਾਰ ਵੱਲੋਂ ਸਮੇਂ ਸਿਰ ਬੀਜ ਕੀਟਨਾਸ਼ਕ ਦਵਾਈਆਂ ਖਾਦਾਂ ਮਸ਼ੀਨਰੀਏ ਤੇ ਪੂੰਜੀ ਮੁਹੱਈਆ ਕਰਵਾ ਕੇ ਮਹਾਂਮਾਰੀ ਤੇ ਲਾਕਡਾਊਨ ਦੀਆਂ ਹਾਲਾਤਾਂ ਵਿੱਚ ਵੀ ਇਹ ਸੰਭਵ ਹੋ ਸਕਿਆ ਹੈ ਮੰਤਰੀ ਵਾਲੀ ਨੇ ਕਿਹਾ ਕਿ ਇਸ ਦਾ ਸਾਰਾ ਸਿਹਰਾ ਕਿਸਾਨਾਂ ਨੂੰ ਜਾਂਦੇ ਜਿਨ੍ਹਾਂ ਨੇ ਸਮੇ ਸਰਕਾਰ ਪਈ ਕਰਨ ਦੇ ਨਾਲ ਨਾਲ ਟੈਕਨੋਲੋਜੀ ਨੂੰ ਅਪਣਾ ਕੇ ਤੇ ਸਰਕਾਰੀ ਸਕੀਮਾਂ ਚੋਂ ਫਾਇਦਾ ਉਠਾ ਕੇ ਖਰੀਫ ਫਸਲਾਂ ਦੀ ਬਿਜਾਈ ਨਿਰਵਿਘਨ ਅਤੇ ਸਮੇ ਸਰ ਕੀਤੀ ਚੌਲਾਂ ਹੇਠ ਬਿਜਾਈ ਰਕਬਾ ਵੀ ਵਧਿਆ ਹੈ ਇਸ ਸਾਲ 407 ਲੱਖ ਹੈਕਟੇਅਰ ਚ ਝੂਨਾ ਪੀਜਿਆ ਗਿਆ ਜਦਕਿ ਪਿਛਲੇ ਸਾਲ ਇਹ 385 ਲੱਖ ਹੈਕਟੇਅਰ ਚ ਬੀਜਿਆ ਗਿਆ ਸੀ ਦਾਲਾਂ ਹੇਠ ਇਸ ਸਾਲ ਰਕਬਾ 139 ਲੱਖ ਹੈਕਟੇਅਰ ਹੈ ਜਦਕਿ ਪਿਛਲੇ ਸਾਲ 133 ਲੱਖ ਹੈਕਟੇਅਰ ਸੀ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਨਵੀਂ ਦਿੱਲੀ ਵਿੱਚਲੇ ਏਮਜ਼ ਨੇ ਕੋਵਿਡ ਮਹਾਮਾਰੀ ਦੌਰਾਨ ਟੈਲੀ ਮੈਡੀਸਨ ਅਤੇ ਟੈਲੀ ਮਸ਼ਵਰਿਆਂ ਰਾਹੀਂ ਮੈਡੀਕਲ ਸੇਵਾਵਾਂ ਨੂੰ ਸੁਨਿਸ਼ਚਿਤ ਕਰਕੇ ਯਾਦਗਾਰੀ ਕੰਮ ਕੀਤਾ ਹੈ ਏਮਜ਼ ਦੇ 65ਵੇਂ ਸਥਾਪਨਾ ਦਿਵਸ ਮੌਕੇ ਬੋਲਦਿਆਂ ਡਾਕਟਰ ਹਰਸ਼ਵਰਧਨ ਨੇ ਕਿਹਾ ਕਿ ਪਿਛਲੇ 6 ਮਹੀਨਿਆਂ 'ਚ ਸੰਸਥਾ ਨੇ ਕੋਵਿਡ-19 ਦੇ ਪੀੜਤ ਮਰੀਜ਼ਾਂ ਨੂੰ ਬੜੀ ਜ਼ਿੰਮੇਵਾਰੀ ਨਾਲ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ ਨੇ ਤੇ ਦੇਸ਼ ਭਰ ਚ ਡਾਕਟਰੀ ਪਾਈਚਾਰੇ ਨਾਲ ਕੋਜ ਖੇਤਰ ਦੇ ਨਵੇਂ ਢੰਗ ਤਰੀਕੇ ਤੇ ਨਿਰਦੇਸ਼ ਸਾਂਝੇ ਕੀਤੇ ਨੇ ਕੋਵਿਡ-19 ਖਿਲਾਫ ਲੜਾਈ ਬਾਰੇ ਡਾਕਟਰ ਹਰਸ਼ਵਰਧਨ ਨੇ ਕਿ ਪਾਰੇ ਕਰੋਨਾ ਤੋਂ ਠੀਕ ਹੋਣ ਦੀ ਦਰ ਲਗਾਤਾਰ ਵਧ ਰਹੀ ਹੈ ਅਤੇ ਮੌਤ ਦਰ ਲਗਾਤਾਰ ਘਟ ਰਹੀ ਹੈ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਕੋਵਿਡ-19 ਕੰਟੇਨਮੈਂਟ ਰਣਨੀਤੀ ਅਪਣਾਈ ਸੀ ਉਨ੍ਹਾਂ ਕਿਹਾ ਕਿ ਭਾਰਤ ਨੇ 15 ਲੱਖ ਪ੍ਰਤੀ ਦਿਨ ਟੈਸਟਾਂ ਨਾਲ ਇੱਕ ਹੋਰ ਮੀਲ ਪੱਥਰ ਸਫਲਤਾਪੂਰਵਕ ਸਥਾਪਿਤ ਕੀਤਾ ਹੈ ਹਾਊਸਿੰਗ ਸ਼ਹਿਰੀ ਤੇ ਮਾਮਲੇ ਮੰਤਰਾਲੇ ਦੇ ਸਕੱਤਰ ਦੁਰਗਾ ਸ਼ੰਕਰ ਮਸ਼ਰਾ ਨੇ ਕਿਹਾ ਕਿ ਹਾਈ ਸਪੀਡ ਕੰਪਿਊਟਰ ਰੇਲ ਗੱਡੀਆਂ ਰੀਜਨਲ ਰੈਪਿਡ ਟ੍ਰਾਂਜ਼ਿਟ ਸਿਸਟਮ ਪੂਰੀ ਤਰ੍ਹਾਂ ਸਰਕਾਰ ਦੀ ਮੇਕ ਇਨ ਇੰਡੀਆ ਨੀਤੀ ਤਹਿਤ ਦੇਸ਼ ਵਿੱਚ ਹੀ ਤਿਆਰ ਕੀਤੀਆਂ ਜਾ ਰਹੀਆਂ ਨੇ ਪਰ ਦੀ ਪਹਿਲੀ ਆਰਆਰਟੀਐਸ ਰੇਲ ਗੱਡੀ ਤੋਂ ਪਰਦਾ ਚੁੱਕਦਿਆਂ ਸਕੱਤਰ ਨੇ ਕਿਹਾ ਕਿ ਇਹ ਵਾਤਾਵਰਣ ਮਿੱਤਰਤਾਪੂਰਵਕ ਅਸਰਦਾਰ ਊਰਜਾ ਗੱਡੀਆਂ ਐਨਸੀਆਰ ਅਤੇ ਇਸ ਦੇ ਆਸ-ਪਾਸ ਲੋਕਾਂ ਦੀ ਜ਼ਿੰਦਗੀ ਵਿੱਚ ਸੁਧਾਰ ਲਿਆਉਣ ਦੀਆਂ ਤੇ ਇਹਨਾਂ ਨਾਲ ਆਰਥਿਕ ਗਤੀ ਮਿਲਣ ਦੇ ਨਾਲ ਨਾਲ ਆਰਥਿਕ ਮੌਕੇ ਪੈਦਾ ਹੋਣਗੇ ਉਹਨਾਂ ਕਹਿ ਕਿ ਪ੍ਰਦੂਸ਼ਣ ਅਤੇ ਹਾਦਸੇ ਘਟਾਉਣਗੇ ਪਹਿਲੇ ਪੜਾਤੇ ਤਿੰਨ ਆਰ ਆਰਟੀਐਸ ਕੋਰੀਡੋਰ ਵਿੱਚੋਂ ਇੱਕ ਦਿੱਲੀ ਗਾਜ਼ੀਆਬਾਦ ਮੇਰਠ ਆਰ ਆਰਟੀਐਸ ਵਿੱਚ ਇਹ ਸਿਸਟਮ ਲਾਗੂ ਕੀਤਾ ਜਾਪੇਗਾ ਅਤੇ 82 ਕਿਲੋਮੀਟਰ ਲੰਬਾ ਦਿੱਲੀ ਗਾਜ਼ੀਆਬਾਦ ਮੇਰਠ ਕੋਰੀਡੋਰ ਦੇਸ਼ ਵਿੱਚ ਬਣਨ ਵਾਲਾ ਪਹਿਲਾ ਕੋਰੀਡੋਰ ਹੈ ਇਸ ਕੋਰੀਡੋਰ ਬਣਨ ਦੇ ਨਾਲ ਦਿੱਲੀ ਤੇ ਮੇਰਠ ਵਿਚਾਲੇ 1 ਤਿਹਾਈ ਸਫ਼ਰ ਦਾ ਸਮਾਂ ਘਟ ਜਾਪੇਗਾ ਪੰਜਾਬ ਚ ਬੀਤੇ ਦਿਨੀ 1809 ਨਵੀਂ ਕੁਵਿੱਡ ਕੇਸਾਂ ਦੀ ਪੁਸ਼ਟੀ ਨਾਲ ਕੁੱਲ ਗਿਣਤੀ 1,7197 ਹੋ ਗਈ ਹੈ ਸਿਹਤ ਮਹਿਕਮੇ ਵੱਲੋਂ ਜਾਰੀ ਬੁਲੇਟਿਨ ਮੁਤਾਬਕ ਬੀਤੇ ਦਿਨ 51 ਮਰੀਜ਼ਾਂ ਦੀ ਮੌਤ ਹੋਈ ਜਿਸ ਨਾਲ ਮਣ ਵਾਲਿਆਂ ਦੀ ਗਿਣਤੀ 3163 ਤੱਕ ਪਹੁੰਚ ਗਈ ਹੈ ਨਵੇਂ ਕੋਵਿਡ ਕੇਸਾਂ ਦੀ ਪੁਸ਼ਟੀ ਵਾਲੇ ਸਭ ਤੋਂ ਵੱਧ ਮਾਮਲੇ ਜਲੰਧਰ ਵਿੱਚ 256 ਲੁਧਿਆਣਾ ਚ 171 ਮੋਹਾਲੀ ਚ 160 ਪਠਾਨਕੋਟ ਚ 117 ਪਟਿਆਲਾ ਚ 118 ਹੁਸ਼ਿਆਰਪੁਰ ਵਿੱਚ 86 ਅਤੇ ਫਾਜ਼ਿਲਕਾ ਚਿਸਟਾਠ ਨਵੇਂ ਕੇਸ ਮਿਲਨੇ ਤਾਜ਼ਾ ਅੰਕੜਿਆਂ ਮੁਤਾਬਕ 83388 ਮਰੀਜ਼ ਕਰੋਨਾ ਤੋਂ ਸਿਹਤਯਾਬ ਹੋ ਚੁੱਕੇ ਨੇ ਤੇ ਬੁਲੇਟਿਨ ਦੇ ਅਖੀਰ ਵਿੱਚ ਉਹਨੀਆਂ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਮਨ ਕੀ ਬਾਤ ਪ੍ਰੋਗਰਾਮ ਰਾਹੀਂ ਦੇਸ਼ ਵਾਸੀਆਂ ਨੂੰ ਕਰਨਗੇ ਸੰਬੋਧਨ ਵਿਹਾਰ ਵਿਧਾਨ ਸਭਾ ਲਈ ਵੋਟਾਂ 28 ਅਕਤੂਬਰ ਤੋਂ 3 ਨਵੰਬਰ ਅਤੇ 7 ਨਵੰਬਰ ਨੂੰ ਤਿੰਨ ਜਿਹੜਾਂ ਤਇਤ ਪਵਾਈਆਂ ਜਾਣਗੀਆਂ ਚੋਣਾਂ ਦੇ ਨਤੀਜੇ 10 ਨਵੰਬਰ ਨੂੰ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਪੰਜਾਬ ਚ ਸੜਕੀ ਅਤੇ ਰੇਲ ਆਵਾਜਾਈ ਪਰਭਾਵਿਤ ਭਾਜਪਾ ਦੇ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਨੇ ਕਾਂਗਰਸ ਅਤੇ ਹੋਰ ਵਿਰੋਧੀ ਪਾਰਟੀਆਂ ਤੇ ਝੂਠੇ ਪ੍ਰਚਾਰ ਰਹੀ ਕਿਸਾਨਾਂ ਨੂੰ ਭੜਕਾਉਣ ਦਾ ਇਲਜ਼ਾਮ ਲਗਾਇਆ ਕੇਂਦਰ ਸਰਕਾਰ ਨੇ ਮੈਡੀਕਲ ਖੇਤਰ ਵਿੱਚ ਇੱਕ ਇਤਿਹਾਸਿਕ ਸੁਧਾਰ ਕਰਦੇ ਹਾਂ ਕੌਮੀ ਮੈਡੀਕਲ ਕਮਿਸ਼ਨ ਦਾ ਕੀਤਾ ਗਠਨ ਕੇਂਦਰ ਸਰਕਾਰ ਨੇ ਕਿਹਾ ਕਿ ਖਰੀਫ ਫਸਲਾਂ ਦੀ ਬਿਜਾਈ ਤੇ ਕੋਵਿਡ-19 ਦਾ ਕੋਈ ਅਸਰ ਨਹੀਂ ਹੋਇਆ। ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰੀ ਅਲਿ ਨੇ ਕਿਹਾ ਕਿ ਹਾਈ ਸਪੀਡ ਕੰਪਿਊਟਰ ਰੇਲ ਗੱਡੀਆਂ ਸਰਕਾਰ ਦੀ ਮੇਕ ਇਨ ਇੰਡੀਆ ਨੀਤੀ ਤਹਿਤ ਦੇਸ਼ ਵਿੱਚ ਹੀ ਤਿਆਰ ਕੀਤੀਆਂ ਜਾ ਰਹੀਆਂ ਨੇ। ਪੰਜਾਬ 'ਚ 83388 ਮਰੀਜ਼ ਕਰੋਨਾ ਤੋਂ ਸ틍ਯਾਬ ਕੋਵਿਡ ਪੁਸ਼ਟੀ ਵਾਲੇ ਕੇਸਾਂ ਦੀ ਕੁੱਲ ਗਿਣਤੀ 1,07,000 ਤੋਂ ਪਾਰ। ਇਹ ਇਸ ਤੇ ਨਾਲ ਹੀ ਖਬਰਾਂ ਦਾ ਬਲਟਨ ਖਤਮ ਹੈ ਨਮਸਕਾਰ